ਸੋ ਵੀਡੀਓ ਅਸੀਂ ਪਾਰਟ 2 ਕਰਕੇ ਦੁਬਾਰਾ ਪਾ ਦਾਂਗੇ ਅੱਜ ਦੀਆਂ ਅਪਡੇਟਸ। ਸੋ ਮੈਂ ਦੱਸ ਰਹੀ ਸੀ ਕਿ ਜਿਹੜੇ ਆਲਰੇਡੀ ਸਾਡੇ ਹੋ ਚੁੱਕੇ ਕੈਂਪੇਨ ਨੇ, ਸੁਖਦੀਪ ਕੌਰ ਜੀ ਨੇ ਹਾਂਗਕਾਂਗ ਤੋਂ ਸਾਨੂੰ ਮੁੱਛਲ ਗਰਲਸ ਦਾ ਕੈਂਪੇਨ ਜਿਹੜਾ ਸਪੋਂਸਰ ਕੀਤਾ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੁੰਡੀਆਂ ਕਲਾਂ ਜੋ ਕਿ ਪਿੰਡ ਲੁਧਿਆਣੇ ਦੇ ਵਿੱਚ ਆ, ਐਮ ਪੀ ਸਿੰਘ ਐਂਡ ਫਰੈਂਡਸ ਸਾਰੇ ਉਹਨਾਂ ਦੇ ਦੋਸਤਾਂ ਨੇ ਜਿਹੜਾ ਇਹ ਕੈਂਪੇਨ ਸਪੋਂਸਰ ਕੀਤਾ ਸਾਨੂੰ, ਜਿਹੜਾ ਹੁਣ ਰੀਸੈਂਟ ਕੈਂਪੇਨ ਮੇਰੇ ਪੇਜ ਤੇ ਜਿਹੜਾ ਪਾਇਆ ਗਿਆ ਸ਼ੂ ਗਿਵਿੰਗ ਕੈਂਪੇਨ। ਤੇ ਬਹਿਦਾਲੀ ਦਾ ਬਹੁਤ ਦੇਰ ਦਾ ਕੈਂਪੇਨ ਜਿਹੜਾ ਹੈ ਉਹ ਪੈਂਡਿੰਗ ਸੀ, ਸੋ ਪੰਕਜ ਸ਼ਰਮਾ ਮੋਹਾਲੀ ਤੋਂ ਜੋ ਸਾਡੇ ਵਾਲੰਟੀਅਰ ਨੇ, ਬਹੁਤ ਬਹੁਤ ਸ਼ੁਕਰੀਆ ਪੰਕਜ ਜੀ, ਤੁਸੀਂ ਇਹ ਕੈਂਪੇਨ ਜਿਹੜਾ ਕੋਆਰਡੀਨੇਟ ਕੀਤਾ, ਵਿਦਆਊਟ ਸਾਡੀ ਟੀਮ ਇਹ ਕੈਂਪੇਨ ਹੋਇਆ। ਸੋ ਹਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਸ ਕੈਂਪੇਨ ਨੂੰ ਸਪੋਂਸਰ ਕੀਤਾ। ਸੋ ਲਗਾਤਾਰ ਹੀ ਹੁਣ ਲੁਧਿਆਣਾ ਦੇ ਕੈਂਪੇਨਸ ਜੋ ਕਿ ਉਪਜੀਤ ਜੀ ਦੇਖ ਰਹੇ ਨੇ, ਲਗਾਤਾਰ ਜਿਹੜੇ ਕੈਂਪੇਨ ਜਿਹੜੇ ਹੋਣਗੇ। ਇੱਕ ਸਕੂਲ ਅਸੀਂ ਲੱਭਿਆ ਜਿਹੜਾ ਕਿ ਬਰਜਿੰਦਰ ਸਿੰਘ ਜੀ ਨੇ ਏਕ ਨੂਰ ਸੇਵਾ ਸੁਸਾਇਟੀ ਤੋਂ ਉਹਨਾਂ ਨੇ ਰੈਫਰ ਕੀਤਾ ਸੀ, ਆਲਮੋਸਟ 400 ਪੇਅਰਸ ਆਫ ਸ਼ੂਜ਼ ਆ। ਸੋ ਉਸ ਕੈਂਪੇਨ ਨੂੰ ਜਿਹੜਾ ਵਾ ਅਸੀਂ ਸਟਾਰਟ ਕਰਾਂਗੇ ਬਹੁਤ ਜਲਦ, ਅਤੇ ਕਲਾਸ ਵਾਈਜ਼ ਜਿਹੜਾ ਲੁਧਿਆਣਾ ਵਿੱਚ ਅਸੀਂ ਇਹ ਕੈਂਪੇਨ ਕਰਾਂਗੇ। ਅਤੇ ਸੁਖਵੀਰ ਸਿੰਘ ਜੀ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਲੁਧਿਆਣਾ ਦੇ ਵਿੱਚ, ਅਤੇ ਉਪਜੀਤ ਜੀ ਅਤੇ ਪੂਰੀ ਟੀਮ ਨੇ ਜਿਹੜਾ ਸਮਾਈਲਸ ਡੋਟ ਕੇਅਰ ਦੀ ਜਿਹੜੀ ਪੂਰੇ ਲੁਧਿਆਣਾ ਟੀਮ ਨੇ ਇਸ ਜਿਹੜੇ ਇਹਨਾਂ ਨੂੰ ਜਿਹੜਾ ਐਕਸੀਡੈਂਟਲ ਕੇਸ ਨੂੰ 28,000 ਦੀ ਜਿਹੜੀ ਹੈਲਪ ਕੀਤੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਇਸ ਸਾਰੇ ਕੋਆਰਡੀਨੇਸ਼ਨ ਦਾ, ਉਪਜੀਤ ਜੀ ਦਾ ਕੋਆਰਡੀਨੇਸ਼ਨ ਕਰਨ ਲਈ। ਅਤੇ ਵਾਸ਼ਰੂਮ ਜੋ ਕਿ ਜੱਲੂਪੁਰ ਖੈੜਾ ਦੇ ਵਿੱਚ ਬਣ ਰਿਹਾ, ਸੋ ਆਲਮੋਸਟ ਵਾਸ਼ਰੂਮ ਜਿਹੜਾ ਉਹ ਬਣ ਚੁੱਕਾ ਹੈ, ਅਤੇ ਉਹਦੀਆਂ ਫੋਟੋਜ਼ ਮੈਂ ਬਹੁਤ ਜਲਦੀ ਹੀ ਮੈਂ ਪਾਵਾਂਗੀ। ਬਟ ਫਿਰ ਵੀ ਅਰਾਊਂਡ 30,000 ਜਿਹੜਾ ਫੰਡ ਆ ਉਹਦੇ ਲਈ ਪੈਂਡਿੰਗ ਸੀ, ਜਿਹੜਾ ਕਿ ਕੋਈ ਵੀ ਸਪੋਂਸਰ ਉਹਦੇ ਲਈ ਮੈਨੂੰ ਹਜੇ ਤੱਕ ਨਹੀਂ ਮਿਲਿਆ। ਬਟ ਫਿਰ ਵੀ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਦੇ ਲਈ ਸਪੋਂਸਰ ਲੱਭੀਏ, ਨਹੀਂ ਤਾਂ ਮੇਰੀ ਕੋਸ਼ਿਸ਼ ਹੋਏਗੀ ਕਿ ਐਨ ਜੀ ਓ ਤੋਂ ਜਨਰਲ ਫੰਡ ਦੇ ਵਿੱਚੋਂ ਹੀ ਇਹ ਜਿਹੜਾ ਪੂਰਾ ਜਿਹੜਾ ਖਰਚਾ ਵਾ ਉਹ ਦੇ ਦਿੱਤਾ ਜਾਏ। ਸੋ ਬਹੁਤ ਬਹੁਤ ਸ਼ੁਕਰੀਆ ਉਹ ਸਾਰੇ ਡੋਨਰਸ ਦਾ ਜੋ ਸਾਨੂੰ ਜਨਰਲੀ ਡੋਨੇਸ਼ਨ ਭੇਜਦੇ ਨੇ, ਅਤੇ ਜਿਨ੍ਹਾਂ ਦੀ ਅਮਾਊਂਟ ਅਸੀਂ ਜਦੋਂ ਸਾਨੂੰ ਕੋਈ ਵੀ ਚੀਜ਼ ਜਿਹੜੀ ਸਪੋਂਸਰ ਨਹੀਂ ਹੁੰਦੀ ਅਤੇ ਅਸੀਂ ਉੱਥੇ ਯੂਜ਼ ਕਰ ਸਕਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਇਸ ਚੀਜ਼ ਲਈ। ਅਤੇ ਕੱਲ੍ਹ ਸਾਡੇ ਐਨ ਜੀ ਓ ਦੇ ਵਿੱਚ ਹੀ ਈਵਨਿੰਗ ਸਕੂਲ ਜਿੱਥੇ ਕਿ ਅਰਾਊਂਡ 70-80 ਬੱਚੇ ਜਿਹੜੇ ਆਉਂਦੇ ਨੇ, ਸੋ ਉੱਥੇ ਕਵਿਤਾ ਸੰਮੇਲਨ ਜਿਹੜਾ ਉਹ ਕਰਾਇਆ ਗਿਆ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ 'ਤੇ। ਸੋ ਮੇਰੇ ਮੰਮਾ ਪੂਰੀ ਟੀਮ ਨੇ ਜਿਹੜਾ ਕੋਆਰਡੀਨੇਟ ਕਰਕੇ ਉੱਤੇ ਬਹੁਤ ਅੱਛਾ ਈਵੈਂਟ ਕੀਤਾ। ਸੋ ਮੈਂ ਵੇਟ ਕਰ ਰਹੀ ਕਿ ਮੇਰੇ ਕੋਲ ਵੀਡੀਓਜ਼ ਅਤੇ ਫੋਟੋਜ਼ ਆ ਜਾਣ ਅਤੇ ਫਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰੀਏ। ਅਤੇ ਕ੍ਰਿਸਮਸ ਸੈਲੀਬ੍ਰੇਸ਼ਨ ਜਿਹੜੀ ਆ ਉਹ ਐਨ ਜੀ ਓ ਦੇ ਵਿੱਚ ਕੀਤੀ ਗਈ। ਸੋ ਬਹੁਤ ਸਾਰੇ ਈਵੈਂਟ ਜਿਹੜੇ ਆ ਲਗਾਤਾਰ ਸਾਡੇ ਉੱਥੇ ਪਿੱਛੇ ਪੰਜਾਬ ਦੇ ਵਿੱਚ ਐਨ ਜੀ ਓ ਦੇ ਵਿੱਚ ਜਿਹੜੇ ਲਗਾਤਾਰ ਬੱਚਿਆਂ ਦੇ ਨਾਲ ਚੱਲ ਰਹੇ ਨੇ। ਸੋ ਸਾਰੀਆਂ ਹੀ ਅਪਡੇਟਸ ਮੈਂ ਆਪਣੇ ਪੇਜ 'ਤੇ ਜਿਹੜੀ ਉਹ ਪਾਉਂਦੀ ਰਹਾਂਗੀ। ਸੋ ਜਦੋਂ ਸਾਡੇ ਨੈਕਸਟ ਸਰਵੇਜ਼ ਆਉਣਗੇ ਸ਼ੂਜ਼ ਦੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਮੇਰੇ ਇੱਥੇ ਬੈਠੇ ਬੈਠੇ ਹੀ ਅਸੀਂ ਸਾਰੇ ਕੈਂਪੇਨ ਜਿਹੜੇ ਆ ਉਹ ਉਹਨਾਂ ਲਈ ਸਪੋਂਸਰ ਲੱਭੀਏ ਅਤੇ ਉਹਨਾਂ ਨੂੰ ਐਸੋਸੀਏਟ ਕਰੀਏ, ਤਾਂ ਕਿ ਮੇਰੇ ਤੋਂ ਬਿਨਾਂ ਵੀ ਬਹੁਤ ਅੱਛੇ ਤਰੀਕੇ ਨਾਲ ਜਿਹੜੇ ਸ਼ੂ ਗਿਵਿੰਗ ਕੈਂਪੇਨ ਆ ਉਹ ਪੰਜਾਬ ਵਿੱਚ ਜਿਹੜੇ ਆ ਉਹ ਚੱਲਦੇ ਰਹਿਣ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਕੋਆਰਡੀਨੇਸ਼ਨ ਲਈ। ਅਤੇ ਜੇ ਤੁਸੀਂ ਇੱਥੇ ਕਰੰਟਲੀ ਮੈਂ ਓਰੇਗਨ ਸਟੇਟ ਦੇ ਵਿੱਚ ਹਾਂ, ਸੋ ਸਾਡੇ ਨਾਲ ਹੀ ਆ, ਵਾਸ਼ਿੰਗਟਨ ਵੀ ਬਿਲਕੁਲ ਸਾਡੇ ਨਾਲ ਆ। ਸੋ ਬਹੁਤ ਜਲਦੀ ਮੇ ਬੀ ਸਿਆਟਲ ਦੇ ਵਿੱਚ ਅਸੀਂ ਕੋਈ ਈਵੈਂਟ ਜਿਹੜਾ ਉਹ ਕਰਾਂਗੇ। ਸੋ ਕਾਫੀ ਜਿਹੜੇ ਇੰਡੀਅਨ ਕਮਿਊਨਿਟੀਜ਼ ਨੇ ਮੈਨੂੰ ਕੋਂਟੈਕਟ ਕੀਤਾ ਸਿਆਟਲ ਦੇ ਵਿੱਚ, ਅਤੇ ਬਾਕੀ ਓਰੇਗਨ ਵਿੱਚ ਜਾਂ ਵਾਸ਼ਿੰਗਟਨ 'ਚ ਜੇ ਕੋਈ ਇੰਡੀਅਨ ਕਮਿਊਨਿਟੀਜ਼ ਹੈਗੀਆਂ ਤਾਂ ਉਹ ਡੈਫੀਨੇਟਲੀ ਮੈਨੂੰ ਮੈਸੇਜ ਡ੍ਰੌਪ ਕਰ ਸਕਦੇ ਨੇ, ਮੇਰੇ ਨਾਲ ਕੋਂਟੈਕਟ ਕਰ ਸਕਦੇ ਨੇ, ਤਾਂ ਕਿ ਅਸੀਂ ਮਿਲ ਕੇ ਕੋਸ਼ਿਸ਼ ਕਰੀਏ ਕੋਈ ਨਾ ਕੋਈ ਈਵੈਂਟ ਕਰਨ ਦੀ, ਕੋਈ ਫੰਡ ਰੇਜ਼ਿੰਗ ਕਰਨ ਦੀ ਜਾਂ ਕੋਈ ਅਵੇਅਰਨੈਸ ਕਰਨ ਦੀ। ਸੋ ਵਟ ਐਵਰ ਵੀ ਕੁੱਡ ਡੂ ਫਰੋਮ ਹੇਅਰ, ਸੋ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਸੋ ਜੇ ਅਸੀਂ ਨਹੀਂ ਵੀ ਕਰ ਸਕਦੇ ਇਟਸ ਟੋਟਲੀ ਫਾਈਨ, ਆਈ ਵੁੱਡ ਲਵ ਟੂ ਮੀਟ ਇੰਡੀਅਨ ਕਮਿਊਨਿਟੀਜ਼ ਓਵਰ ਹੇਅਰ ਜਿਹੜੀਆਂ US ਦੇ ਵਿੱਚ ਹੈਗੀਆਂ ਨੇ, ਤਾਂ ਕਿ ਅਸੀਂ ਕੋਈ ਨਾ ਕੋਈ ਜਿਹੜਾ ਪ੍ਰੋਜੈਕਟ ਆ ਉਹ ਅਸੀਂ ਫਲੋਟ ਕਰ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜੁੜਨ ਲਈ ਮੇਰੇ ਨਾਲ, ਅਤੇ ਟਾਈਮਿੰਗ ਔਡ ਟਾਈਮ ਹੋ ਸਕਦੇ ਨੇ ਹੁਣ, ਸੋ ਤੁਸੀਂ ਲੇਟਰ ਔਨ ਜਿਹੜੀ ਆ ਉਹ ਸਾਡੀ ਵੀਡੀਓ ਜਿਹੜੀ ਆ ਸੁਣ ਸਕਦੇ ਹੋ, ਅਤੇ ਪੂਰੀਆਂ ਜਿਹੜੀਆਂ ਅਪਡੇਟਸ ਆ ਉਹ ਆਪਣੇ ਪੇਜ 'ਤੇ ਪਾਉਂਦੀ ਰਹਾਂਗੀ। ਸੋ ਦੱਸਣਾ ਚਾਹਾਂਗੀ ਕਿ ਡੇਲੀ ਅਸੀਂ 1 ਬਾਏ 1
ਜਿਹੜਾ ਪਿਛਲੇ ਕੈਂਪੇਨਸ ਆ ਉਹਦੀਆਂ ਫੋਟੋਗ੍ਰਾਫਸ ਵੀ ਅਸੀਂ ਪਾਉਂਦੇ ਰਹਿੰਦੇ ਹਾਂ ਅਤੇ ਬਾਰ ਬਾਰ ਜਿਹੜੀ ਆ ਉਹ ਆਪਣੀ ਕੋਈ ਨਾ ਕੋਈ ਅਪਡੇਟ ਜਿਹੜੀ ਆ ਰੈਗੂਲਰ ਅਪਡੇਟਸ ਅਸੀਂ ਪਾਉਂਦੇ ਰਹਿੰਦੇ ਹਾਂ ਸੋ ਕੁਛ ਅਪਡੇਟਸ ਮੇਰੀਆਂ ਟੀਮ ਪਾਉਂਦੀ ਹੈ ਕੁਛ ਅਪਡੇਟਸ ਮੈਂ ਖੁਦ ਪਾਉਂਦੀ ਸੋ ਹਮੇਸ਼ਾ ਫੇਸਬੁੱਕ ਦੇ ਮੈਸੇਜਿਸ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਸਾਰੇ ਮੈਸੇਜ ਜਿਹੜੇ ਆ ਪੜ੍ਹਾਂ ਸੋ ਕੋਈ ਵੀ ਜ਼ਿਆਦਾ ਜ਼ਰੂਰੀ ਮੈਸੇਜ ਆ ਤੁਸੀਂ ਮੇਰੇ ਨਾਲ ਕੋਂਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਫੇਸਬੁੱਕ ਦੇ ਵਿੱਚ ਵੀ ਮੈਸੇਜ ਕਰ ਸਕਦੇ ਹੋ ਮੇਰੀ ਕੋਸ਼ਿਸ਼ ਹੁੰਦੀ ਕਿ ਉੱਥੇ ਮੈਂ ਮੈਕਸੀਮਮ ਜਿਹੜੇ ਆ ਉਹ ਮੈਸੇਜਿਸ ਪੜ੍ਹਾਂ ਸੋ ਜੇ ਹੋਰ ਵੀ ਜ਼ਿਆਦਾ ਫਾਸਟੈਸਟ ਮੋਡ ਨਾਲ ਤੁਸੀਂ ਮੇਰੇ ਨਾਲ ਕੋਂਟੈਕਟ ਕਰਨਾ ਤਾਂ ਤੁਸੀਂ ਮੈਨੂੰ ਡਾਇਰੈਕਟਲੀ ਈਮੇਲ ਕਰ ਸਕਦੇ ਹੋ mandeep@smiles.care ਤੇ ਜਾਂ mandeep@mandeepkaursidhu.com ਤੇ ਸੋ ਮੈਨੂੰ ਡਾਇਰੈਕਟਲੀ ਈਮੇਲ ਡ੍ਰੌਪ ਕਰ ਸਕਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਮਨਦੀਪ ਕੌਰ ਸਿੱਧੂ